ਇਹ ਹੈ ਜੀ ਆਰ ਐੱਸ ਪੁਰਾ ਬਾਰਡਰ ਦੇ ਬਿਲਕੁਲ ਬਾਰਡਰ ਏਰੀਆ ਕਣਕ ਉੱਗੀ ਦੀ ਸ਼ੈਲ ਠੀਕ ਠਾਕ। ਇਹ ਦੇਖੋ ਸਾਰੇ ਕੋਲੋਂ ਜ਼ਿਆਦਾ ਬਾਸਮਤੀ ਅਤੇ ਕਣਕ ਇਹ ਇਲਾਕੇ 'ਚ ਹੁੰਦੀ ਸਾਡੇ ਨਵੇਂ ਸ਼ਹਿਰ ਦੇ ਬਾਰਡਰ ਪਰ। ਅਤੇ ਇੱਧਰ ਪਾਉਂਦੇ ਜੇ ਪਾਕਿਸਤਾਨ ਦਾ ਪਿੰਡ ਦੋ ਠੱਠੀਆਂ ਅਤੇ ਫਿਰ ਸਿਆਲਕੋਟ ਠੱਠੀਆਂ, ਇੱਧਰ ਪਾਉਂਦਾ ਠੱਠੀਆਂ ਨਿੱਕੀ ਠੱਠੀਆਂ ਅਤੇ ਵੱਡੀ ਠੱਠੀਆਂ ਪਤਾ ਕਿਹੜੇ ਨਾਂ ਹੈ। ਅੱਗੇ ਆਉਂਦਾ ਢੇਸੀਆਂ ਅਤੇ ਫਿਰ ਸਿਆਲਕੋਟ, ਇੱਧਰਾਂ ਹੀ ਪਾਉਂਦੇ ਜੇ ਇਹ ਜਿਹੜੇ ਬੂਟੇ ਲੱਭਾ ਦੇਣਾ। ਇਹ ਬਿਲਕੁਲ ਅਸੀਂ ਜੀ ਪਾਕਿਸਤਾਨ ਵਿੱਚ ਲੱਭਾਂਗੇ। ਇਹ ਪਾਕਿਸਤਾਨ ਦੀ ਬੰਬੀਆਂ ਦੀ ਆਵਾਜ਼ ਜਿਹੜੀ ਹੁੰਦੀ ਹੈ। ਹੁਣ ਇਹ ਪਰ ਘੁੱਗੀ ਉਹਦੇ ਉੱਪਰ ਲਾਈ ਹੁੰਦਾ ਗੜਬਾ, ਪਤਾ ਨਹੀਂ ਕੀ ਲਾਇਆ ਹੁੰਦਾ ਅਤੇ ਕਨੇ ਆਵਾਜ਼ ਆਉਂਦੀ ਹੈ ਕੁੱਗੂ ਦੀ। ਅਤੇ ਸਾਡੇ ਕਨੇ ਸਰਦਾਰ ਹੋਰ ਰਾਜ ਸਾਗਰ ਸਿੰਘ ਹੋਰ ਮੇਰਾ ਭਰਾ, ਤੁਸੀਂ ਦੱਸ ਰਿਹਾ ਇੱਥੋਂ ਰੋਡ ਦੇਖੋ ਕਿੰਨੀ ਪਿਆਰੀ ਬਣੀ ਦੀ ਆ। ਪੂਰੇ ਬਾਰਡਰ ਏਰੀਆ 'ਚ ਨਾ ਰੋਡ ਫਸਟ ਕਲਾਸ ਬਣੀ ਦੀ ਹੈ। ਅਤੇ ਇਹ ਹੈ ਗੁਰਦੁਆਰਾ ਸਾਹਿਬ ਬੇਗਾ ਬੇਰਾ ਚੰਦੂ ਚੱਕ ਲਈਆਂ, ਅਤੇ ਇਹ ਪੀਰ ਬਾਬਾ, ਅਤੇ ਇਹ ਲੱਗਿਆ ਤੂਤ ਤੂਤ ਪੇਦੇ ਵੀ ਹੈ, ਤੂਤ ਵੀ ਖਿਲਾਉਣੇ ਤੁਸੀਂ ਜੀ, ਇਹੀ ਗੱਲ ਨਹੀਂ ਹੈ। ਅਸੀਂ ਤੁਸੀਂ ਖਲਾਈ ਪਲਾਈ ਭੇਜ ਗਏ, ਵੀਡੀਓ ਦੇਖੋ ਨਹੀਂ ਲੈ, ਤੂਤੇ ਦੀ ਵੀਡੀਓ ਵੀ ਦੱਸ ਗਏ ਅਸੀਂ। ਉਹ ਆਈ ਆ ਭਾਈ ਤੂਤੇ ਵਾਲੇ, ਆ ਤੂਤੇ ਵਾਲਾ ਭਾਈ ਆਈ ਆ, ਆਈ ਆ ਆਈ ਆ ਤੂਤੇ ਵਾਲਾ ਭਾਈ। ਅਤੇ ਚਲੋ ਜੀ ਦੱਸੋ ਥੋੜ੍ਹੇ ਅੱਗੇ ਹੁਣ ਬਿਲਕੁਲ ਸਾਫ ਰੋਡ। ਇਹ ਤੁਸੀਂ ਦੱਸਣੇ ਆਪਣੇ ਇਲਾਕਾ ਠੀਕ ਠਾਕ ਕਣਕ ਹੋਈ ਜੀ ਸ਼ਹਿਰ। ਇਹ ਵੱਡਾ ਜਿਹਾ ਲੋਕ ਸਰਿਆਂ ਸਰਿਆਂ ਵੱਡਾ ਜਿਹਾ ਲੋਕ ਇੱਧਰ ਹੀ ਆਇਆ।